ਜੀ ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 FM ਰੇਡੀਓ ਆਕਲੈਂਡ ਨਿਊਜ਼ੀਲੈਂਡ ਤੋਂ ਤੁਸੀਂ ਲਾਈਵ ਦੇਖ ਰਹੇ ਹੋ। ਅੱਜ ਅਸੀਂ 550 ਸਾਲਾ ਬਾਬਾ ਗੁਰੂ ਨਾਨਕ ਸਾਹਿਬ ਦੇ ਆਗਮਨ ਪੂਰਬ ਦੇ ਹਵਾਲੇ ਦੇ ਨਾਲ ਇੱਕ ਮਿਸ਼ਨ ਜਿਹੜਾ ਰਾਏ ਭੁਲਾਰ ਭੱਟੀ ਜੀ ਦੀ 18ਵੀਂ ਪੀੜ੍ਹੀ ਔਰ 19ਵੀਂ ਪੀੜ੍ਹੀ ਜਿਹੜੀ ਹੈ ਉਹ ਲੈ ਕੇ ਆਏ ਨੇ ਸਾਡੇ ਨਾਲ, ਕਿ ਅਸੀਂ ਨੀਟ ਗ੍ਰੀਨ ਕਲੀਨ ਪਾਕਿਸਤਾਨ ਦੇ ਤੌਰ ਦੇ ਉੱਤੇ ਪੰਜਾਬ ਵੱਲੋਂ ਗਵਰਨਮੈਂਟ ਆਫ ਪੰਜਾਬ ਔਰ ਸਾਡੇ PM ਪਾਕਿਸਤਾਨ ਨੇ ਇਹ ਮਿਸ਼ਨ ਸ਼ੁਰੂ ਕੀਤਾ ਸੀ, ਲੇਕਿਨ ਇਹਦੇ 'ਚ ਪੜਾਵਾ ਦੇ ਰਹੇ ਨੇ, ਅੱਗੇ ਵਧਾਵਾ ਦੇ ਰਹੇ ਨੇ ਸਾਡੇ ਪਾਕਿਸਤਾਨ ਦੇ ਰਾਏ ਭੁਲਾਰ ਭੱਟੀ ਜੀ ਦੀ ਫੈਮਿਲੀ ਜਿਹੜੀ ਹੈ, ਤੁਹਾਨੂੰ ਜਿਸ ਤਰ੍ਹਾਂ ਦੱਸਿਆ ਗਿਆ 18ਵੀਂ ਔਰ 19ਵੀਂ ਪੀੜ੍ਹੀ ਜਿਹੜੀ ਉਹ ਸਾਡੇ ਨਾਲ ਨੇ। ਪਿੱਛੇ ਤੁਹਾਨੂੰ ਨਜ਼ਰ ਆ ਰਿਹਾ ਜਿਹੜਾ ਦਰਬਾਰ ਹੈ ਇਹ ਰਾਏ ਭੁਲਾਰ ਭੱਟੀ ਜੀ ਦਾ, ਯਾਨੀ ਕਿ ਕਹਿ ਲਵੋ ਤੁਸੀਂ ਕਿ ਸਭ ਤੋਂ ਪਹਿਲੇ ਬਾਬਾ ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲੇ ਜਿਹੜੇ ਸਨ ਉਹ ਰਾਏ ਭੁਲਾਰ ਭੱਟੀ ਜੀ ਦਾ ਨਾਮ ਆਉਂਦਾ ਹੈ, ਅਤੇ ਜਿੱਥੇ ਵੀ ਸਿੱਖ ਮੁਸਲਿਮ ਫਰੈਂਡਸ਼ਿਪ ਮਿਸ਼ਨ ਦੀ ਗੱਲ ਆਉਂਦੀ ਹੈ ਉਸ ਜਗ੍ਹਾ ਦੇ ਉੱਤੇ ਸਭ ਤੋਂ ਪਹਿਲਾ ਨਾਮ ਜਿਹੜਾ ਉਹ ਰਾਏ ਭੁਲਾਰ ਭੱਟੀ ਜੀ ਦਾ ਆਉਂਦਾ ਹੈ, ਕਿਉਂਕਿ ਉਹਨਾਂ ਦੇ ਵਾਲਦ ਸਾਹਿਬ ਦੇ ਜਿਹੜੇ ਸਨ, ਕਹਿ ਲਵੋ ਤੁਸੀਂ ਦੋਸਤ ਵੀ ਸਨ, ਖੈਰ ਖਵਾਹ ਵੀ ਸਨ ਔਰ ਉਹਨਾਂ ਦੇ ਵੈਲ ਵਿਸ਼ਰ ਵੀ ਸਨ। ਇਸ ਵਾਸਤੇ ਮੈਂ ਕਹਾਂਗਾ ਕਿ ਇਹ ਇੱਕ ਉਹ ਹਸਤੀ ਨੇ ਜਿਨ੍ਹਾਂ ਦਾ ਕਹਿ ਲਵੋ ਕਿ ਅਟੂਟ ਅੰਗ ਜਿਹੜਾ ਕਿ ਕੋਈ ਹਿੱਸਾ ਜੁਦਾ ਨਹੀਂ ਹੋ ਸਕਦਾ, ਇਸੇ ਤਰ੍ਹਾਂ ਹੀ ਇਹਨਾਂ ਦੇ ਵੰਸ਼ ਦਾ ਜਿਹੜਾ ਹੈ ਉਹ ਸਿੱਖੀ ਦੇ ਨਾਲ ਰਿਸ਼ਤਾ ਖਤਮ ਨਹੀਂ ਹੋ ਸਕਦਾ। ਸੋ ਅਸੀਂ ਅੱਜ ਇੱਥੇ ਟ੍ਰੀ ਪਲਾਂਟੇਸ਼ਨ ਕਰਨ ਵਾਸਤੇ, ਇਸ ਜਗ੍ਹਾ ਨੂੰ ਹੋਰ ਸੋਹਣਾ ਬਣਾਉਣ ਵਾਸਤੇ ਜਿਹੜਾ ਇੱਥੇ ਪਹੁੰਚੇ ਹਾਂ, ਅਸੀਂ ਤੁਹਾਨੂੰ ਪਹਿਲੇ ਲਾਈਵ ਦਿਖਾਇਆ, ਕੁਛ ਨੈਟਵਰਕ ਪਰੋਂ ਥੋੜ੍ਹੀ ਜਿਹੀ ਮਿਸਿੰਗ ਹੋ ਗਈ, ਅਸੀਂ ਉਹ ਪੋਰਸ਼ਨ ਜਿਹੜਾ ਆਪਣੀ ਵੀਡੀਓ ਦਾ ਬਾਅਦ 'ਚ ਅਪਲੋਡ ਕਰਾਂਗੇ। ਅਤੇ ਅਸੀਂ ਇਸ ਜਗ੍ਹਾ ਦੇ ਉੱਤੇ ਅੱਜ ਪਹਿਲੇ ਤਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਦਰਬਾਰ, ਔਰ ਮਜ਼ੇਦਾਰੀ ਦੀ ਗੱਲ ਹੈ ਕਿ ਇਹ ਦਰਬਾਰ ਜਿਹੜਾ ਉਹ ਵੀ ਸਿੱਖ ਸੰਗਤਾਂ ਵੱਲੋਂ ਹੀ ਉਸਾਰਿਆ ਗਿਆ। ਪਹਿਲੀ ਵਾਰੀ ਮਲੇਸ਼ੀਅਨ ਸੰਗਤ ਨੇ ਔਰ ਦੂਸਰੀ ਵਾਰੀ ਸਿੰਗਾਪੁਰ ਦੀ ਜਿਹੜੀ ਸੰਗਤ ਹੈ ਉਹਨਾਂ ਨੇ ਉਸਾਰਿਆ। ਅਤੇ ਸਾਡੇ ਨਾਲ 18ਵੀਂ ਔਰ 19ਵੀਂ ਪੀੜ੍ਹੀ ਜਿਹੜੀ ਹੈ ਉਹ ਮੌਜੂਦ ਨੇ ਇਸ ਵੇਲੇ ਰਾਏ ਭੁਲਾਰ ਜੀ ਦੇ, ਅਤੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਰਾਏ ਭੁਲਾਰ ਜੀ ਦੀਆਂ ਖਿਦਮਾਤ ਜਿਹੜੀਆਂ ਨੇ, ਵੈਸੇ ਤਾਂ 12 ਕਰੋੜ ਨਾਨਕ ਨਾਮਲੇਵਾ ਜਿਹੜੇ ਨੇ ਦੁਨੀਆਂ ਦੇ ਵਿੱਚ ਉਹ ਜਾਣਦੇ ਵੀ ਨੇ ਔਰ ਪਹਿਚਾਣਦੇ ਵੀ ਨੇ, ਤਾਰਫ ਦੇ ਮੁਤਾਜ ਨਹੀਂ ਹੈ, ਲੇਕਿਨ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਇੱਕ ਫਰਦ ਨਾਲ ਅਸੀਂ ਇੱਥੇ ਪਲਾਂਟੇਸ਼ਨ ਦਾ ਕਿਉਂ ਬਣਾਇਆ ਗਿਆ ਉਹ ਇੱਕ ਗੱਲ ਕਰਨਾ ਜਿਹੜਾ ਚਾਹਾਂਗੇ ਜੀ। ਪਲੀਜ਼ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਮੇਰਾ ਨਾਮ ਇਕਰਮ ਭੱਟੀ ਹੈ। ਤਮਾਮ ਸੁਣਨ ਵਾਲੇ ਸਿੱਖ ਸਰਦਾਰ ਸਾਹਿਬਾਨ ਨੂੰ ਮੇਰਾ ਪ੍ਰਣਾਮ। ਅੱਜ ਮੈਂ ਆਪਣੇ ਬਜ਼ੁਰਗ ਰਾਏ ਭੁਲਾਰ ਭੱਟੀ ਸਾਹਿਬ, ਜਿਨ੍ਹਾਂ ਨੇ ਸਭ ਤੋਂ ਪਹਿਲੇ ਬਾਬਾ ਗੁਰੂ ਨਾਨਕ ਨੂੰ ਪਛਾਣਿਆ ਸੀ, ਉਹਨਾਂ ਦੇ ਦਰਬਾਰ 'ਤੇ ਸ਼ਹਿਦ ਸਾਹਿਬ ਨਾਲ ਆਇਆ ਹਾਂ ਔਰ ਅਸੀਂ ਜਿਹੜੀ ਇੱਕ ਮੁਹਿੰਮ ਸ਼ੁਰੂ ਕੀਤੀ ਹੈ 550 ਪਲਾਂਟ ਅਸੀਂ ਲਾ ਰਹੇ ਹਾਂ ਬਾਬਾ ਗੁਰੂ ਨਾਨਕ ਦੇ ਨਾਂ 'ਤੇ ਉਹਨਾਂ ਦੀ 50ਵੀਂ ਸਾਲ ਜਿਹੜਾ 'ਤੇ। ਮੈਂ ਸੋਚਿਆ ਸੀ ਕਿ ਅਸੀਂ ਆਪਣੇ ਬਜ਼ੁਰਗ ਦੇ ਦਰਬਾਰ 'ਤੇ ਜਾ ਕੇ ਵੀ ਉਹਨਾਂ ਨੂੰ ਵੀ ਯਾਦ ਕਰੀਏ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਇਸ ਕਾਬਲ ਬਣਾਇਆ ਕਿ ਜਿਨ੍ਹਾਂ ਨੇ ਸਿੱਖ ਸੰਗਤ ਨੂੰ ਸਾਡੇ ਨਾਲ ਹਮਦਰਦੀ ਦਾ ਜਜ਼ਬਾ ਦਿੱਤਾ। ਮੈਂ ਤਮਾਮ ਆਪਣੇ ਦੋਸਤਾਂ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਡੇ ਨਾਲ ਇਸ ਆਪਣਾ ਜਜ਼ਬੇ ਨਾਲ ਇਸ ਜਗ੍ਹਾ 'ਤੇ ਆਏ ਨੇ ਔਰ ਸਾਡੇ ਨਾਲ ਉਹਨਾਂ ਨੇ ਹਿੱਸਾ ਲਿਆ। ਮੈਂ ਤਮਾਮ ਦਾ ਸ਼ੁਕਰੀਆ ਅਦਾ ਕਰਨਾ। ਥੈਂਕ ਯੂ ਜੀ, ਬਹੁਤ ਸ਼ੁਕਰੀਆ ਜੀ। ਮਿਸ਼ਨ ਉਹੀ ਹੈ ਜੀ ਕਿ ਗ੍ਰੀਨਰੀ ਜਿਹੜੀ ਹੈ ਕਿ ਵੰਸ਼ ਲਾ ਕੇ ਜਿੱਥੇ ਵੀ ਕੋਈ ਗੁਰੂ ਘਰ ਹੁੰਦਾ, ਕੋਈ ਦਰਬਾਰ ਹੁੰਦਾ, ਕੋਈ ਦਰਗਾਹ ਹੁੰਦੀ ਹੈ, ਉਸ ਜਗ੍ਹਾ ਦੇ ਉੱਤੇ ਪੌਦੇ ਲਾ ਕੇ, ਦਰਖਤ ਲਾ ਕੇ ਉੱਥੇ ਛੱਤਰਛਾਂ ਬਣਾਈ ਜਾਂਦੀ ਹੈ, ਚਰਿੰਦ ਪਰਿੰਦ ਦੇ ਜਿਹੜੀ ਉਹਨਾਂ ਦੀ ਖੁਰਾਕ ਦਾ ਬੰਦੋਬਸਤ ਕੀਤਾ ਜਾਂਦਾ, ਇੱਕ ਪੁਰਾਣੀ ਰਵਾਇਤ ਹੈ। ਅਤੇ ਉਸ ਚੀਜ਼ ਨੂੰ ਹੀ ਮੱਦੇਨਜ਼ਰ ਰੱਖਦੇ ਹੋਏ ਅਸੀਂ ਅੱਜ ਪਹੁੰਚੇ ਸੀ। ਨਾਲੇ ਅਸੀਂ ਸੰਗਤਾਂ ਨੂੰ ਦਰਸ਼ਨ ਕਰਵਾਉਣਾ ਚਾਹੁੰਦੇ ਸਾਂ ਆਪਣੇ ਕੈਮਰੇ ਦੇ ਰਾਹੀਂ, ਆਪਣੇ ਰੇਡੀਓ ਸਾਡੇ ਵਾਲਾ ਦੇ ਤਹਿਤ ਅਸੀਂ ਤੁਹਾਨੂੰ ਦਿਖਾਉਣਾ ਚਾਹੁੰਦੇ ਸਾਂ ਕਿ ਉਹ ਜਿਹੜੀ ਹਸਤੀ ਹੈ ਅੱਜ ਉਹਨਾਂ ਦਾ ਜਿਹੜਾ ਦਰਬਾਰ ਹੈ ਅੱਜ ਵੀ ਇਸ ਜਗ੍ਹਾ ਦੇ ਉੱਤੇ ਮੌਜੂਦ ਹੈ, ਜਿਸ ਜਗ੍ਹਾ 'ਤੇ ਅਸੀਂ ਖਲੋਤੇ ਹੋਏ ਹਾਂ। ਨਨਕਾਣਾ ਸਾਹਿਬ ਦੀ ਸਭ ਤੋਂ ਉੱਚੀ ਥਾਂ ਹੈ ਜਿਹਨੂੰ ਕਿ ਰਾਏ ਭੋਏ ਦੀ ਤਲਵੰਡੀ ਜਿਹੜਾ ਐਂਸ਼ੰਟ ਕਿਹਾ ਜਾਂਦਾ। ਇਹ ਰਾਏ ਭੋਏ ਦੀ ਤਲਵੰਡੀ ਜਿਹੜੀ ਹੈ, ਥੇਸ਼ੁਦਾ ਜਿਹੜਾ ਪੁਰਾਣਾ ਸ਼ਹਿਰ ਹੈ, ਇਹ ਉਹਦੇ ਉੱਤੇ ਸਭ ਤੋਂ ਉੱਚੇ ਸਥਾਨ ਦੇ ਉੱਤੇ ਜਿਹੜਾ ਇਹ ਦਰਬਾਰ ਬਣਿਆ ਹੋਇਆ। ਫਿਰ ਇੱਕ ਵਾਰੀ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਇਹ ਜਗਤ ਸੰਗਤ ਵੱਲੋਂ ਮਲੇਸ਼ੀਅਨ ਸਿੱਖ ਸੰਗਤ ਨੇ ਪਹਿਲੀ ਸੇਵਾ ਕਰਵਾਈ ਔਰ ਦੂਸਰੀ ਸੇਵਾ ਜਿਹੜੀ ਸੀ ਸਿੰਗਾਪੁਰ ਵਾਲੀ ਜਿਹੜੀ ਸੰਗਤ ਹੈ ਉਹਨਾਂ ਨੇ ਦੁਬਾਰਾ ਇਹਦੇ 'ਤੇ ਸਟੋਨ ਵਗੈਰਾ ਕਬਰ ਜਿਹੜਾ ਕੀਤਾ ਸੀ। ਅਤੇ ਇੱਕ ਬਹੁਤ ਵੱਡੀ ਔਰ ਸੋਹਣੀ ਮਿਸਾਲ ਹੈ ਕਿ ਸਿੱਖ ਮੁਸਲਿਮ ਫਰੈਂਡਸ਼ਿਪ ਮਿਸ਼ਨ ਦੀ, ਜਿਸ ਤਰ੍ਹਾਂ ਅਸੀਂ ਬਾਬਾ ਗੁਰੂ ਨਾਨਕ ਸਾਹਿਬ ਦੀ ਬਹੁਤ ਜ਼ਿਆਦਾ ਕਦਰ ਕਰਦੇ ਹਾਂ ਔਰ ਬਾਕੀ ਗੁਰੂ ਸਾਹਿਬਾਨ ਦੀਆਂ ਜਗ੍ਹਾ ਦੀ ਬਹੁਤ ਸੋਹਣੀ ਕਦਰ ਕਰਦੇ ਹਾਂ, ਇਸੇ ਤਰ੍ਹਾਂ ਹੀ ਸਿੱਖ ਸੰਗਤ ਨੇ ਆਪਣਾ ਜਿਹੜਾ ਪਿਆਰ ਹੈ ਉਸ ਜਗ੍ਹਾ 'ਤੇ ਸ਼ੋਅ ਕੀਤਾ ਕਿ ਸਾਡੇ ਜਿਹੜੇ ਉਸ ਦੌਰ ਦੇ ਅਸੀਂ ਤਾਂ ਉਹਨਾਂ ਨੂੰ ਵਲੀਆਂ ਸ਼ਾਮਿਲ ਕਰਾਂਗੇ ਕਿ ਰਾਏ ਭੁਲਾਰ ਭੱਟੀ ਜੀ ਜਿਹੜੇ ਨੇ ਉਹਨਾਂ ਦੀ ਜਿਹੜੀ ਦਰਬਾਰ ਹੈ ਉਹਨਾਂ ਨੂੰ ਸੋਹਣਾ ਕਰਕੇ ਉਸਾਰਿਆ। ਅਤੇ ਥੋੜ੍ਹਾ ਜਿਹਾ ਅਸੀਂ ਤੁਹਾਨੂੰ ਪਿੱਛੇ ਹਟ ਕੇ ਇਸ ਜਗ੍ਹਾ ਨੂੰ ਦਿਖਾਉਂਦੇ ਹਾਂ ਕਿ ਕੈਸੀ ਖੂਬਸੂਰਤ ਇਹ ਦਰਬਾਰ ਜਿਹੜਾ ਸੀ ਉਹ ਉਸਾਰਿਆ ਗਿਆ। ਲਓ ਜੀ, ਥੋੜ੍ਹਾ ਜਿਹਾ ਅਸੀਂ ਪਿੱਛੇ ਚੱਲਦੇ ਹਾਂ ਅਤੇ ਤੁਸੀਂ ਪਲਾਂਟੇਸ਼ਨ ਸ਼ੁਰੂ ਕਰੋ ਜੀ।
ਅਸੀਂ ਤੁਹਾਨੂੰ ਥੋੜ੍ਹਾ ਜਿਹਾ ਹਟਵਾਂ ਕਰਕੇ ਦਰਬਾਰ ਦੀ ਜਿਹੜੀ ਹੈ ਉਹ ਲੁੱਕ ਦਿਖਾਉਂਦੇ ਹਾਂ ਜੀ। ਇਹ ਵਣ ਵਣ ਦੇ ਦਰਖਤ ਜਿਹੜੇ ਨੇ ਉਹ ਸਾਰੇ ਲੱਗੇ ਹੋਏ ਨੇ, ਔਰ ਇਹ ਜਿਹੜਾ ਸਾਰਾ ਇਹ ਦਰਬਾਰ ਜਿਹੜਾ ਇਹ ਸਿੱਖ ਸੰਗਤਾਂ ਵੱਲੋਂ ਉਸਾਰਿਆ ਗਿਆ। ਮਤਲਬ ਕਿ ਇਹ ਕਿਸੇ ਮੁਸਲਿਮ ਸੰਸਥਾ ਵੱਲੋਂ ਨਹੀਂ ਕੀਤਾ ਗਿਆ, ਕਿਸੇ ਮੁਸਲਿਮ ਭਾਈਚਾਰੇ ਵੱਲੋਂ ਨਹੀਂ, ਬਲਕਿ ਸਿੱਖ ਸੰਗਤਾਂ ਵੱਲੋਂ ਜਿਹੜਾ ਇਹ ਦਰਬਾਰ ਜਿਹੜਾ ਉਸਾਰਿਆ ਗਿਆ। ਬਹੁਤ ਜਗ੍ਹਾ ਦੇ ਉੱਤੇ ਸਾਨੂੰ ਲਾਈਵ ਕਵਰੇਜ ਵਾਸਤੇ ਜਿਹੜਾ ਉਹ ਟਾਈਮ ਨਹੀਂ ਮਿਲਦਾ, ਔਰ ਥੋੜ੍ਹਾ ਜਿਹਾ ਨੈਟਵਰਕ ਦਾ ਵੀ ਇਸ਼ੂ ਆਉਂਦਾ, ਤਾਂ ਸੋ ਮੈਂ ਹੀ ਕਹਾਂਗਾ ਕਿ ਮਾਜ਼ਰਤ ਚਾਹੁੰਦੇ ਹਾਂ, ਅਸੀਂ ਤੁਹਾਨੂੰ ਕੁਛ ਪਾਰਟ ਜਿਹੜਾ ਮਿਸ ਹੋ ਗਿਆ, ਅਸੀਂ ਤੁਹਾਨੂੰ ਦੁਬਾਰਾ ਦਿਖਾਵਾਂਗੇ। ਇਹ ਜਿਹੜਾ ਘੱਟੋ ਘੱਟ ਤੁਸੀਂ ਅਗਰ ਦੇਖਦੇ ਹੋ ਥੱਲੋਂ ਜ਼ਮੀਨ ਤੋਂ ਕੋਈ 100 ਫੁੱਟ ਉੱਤੇ ਆ ਕੇ ਇਹ ਬਣਾਇਆ ਗਿਆ ਦਰਬਾਰ। ਲਓ ਜੀ, ਇਹ ਪੌਦਾ ਲਾਇਆ ਜਾ ਰਿਹਾ ਇੱਥੇ, ਬਾਕੀ ਪੌਦੇ ਜਿਹੜੇ ਨੇ ਸਾਈਡਾਂ 'ਤੇ ਲਾਏ ਜਾਣਗੇ। ਠੀਕ ਹੈ ਜੀ, ਸਾਡੇ ਪਾਕਿਸਤਾਨ ਹੈਰੀਟੇਜ ਕਲੱਬ ਵਾਲੇਕੁਮ ਸਲਾਮ ਜੀ। ਤੁਸੀਂ ਦੇਖ ਰਹੇ ਹੋ ਜੀ ਦਰਬਾਰ ਰਾਏ ਬੁਲਾਰ ਭੱਟੀ ਜੀ, ਰਾਏ ਪੋਏ ਦੀ ਤਲਵੰਡੀ ਜਿਹੜੀ ਹੈ ਉਹ ਦੱਬੀ ਹੋਈ ਹੈ ਇਸ ਜਗ੍ਹਾ ਦੇ ਥੱਲੇ, ਇਹ ਵਣ ਵਣ ਦੇ ਦਰਖਤਾਂ ਦੇ ਥੱਲੇ ਜ਼ਮੀਨ ਤੋਂ ਨਨਕਾਣੇ ਤੋਂ ਤਕਰੀਬਨ ਸ਼ਹਿਰ ਤੋਂ 300-400 ਫੁੱਟ ਜਿਹੜਾ ਬਾਹਰਲੇ ਪਾਸੇ ਅਗਰ ਤੁਸੀਂ ਆਉਂਦੇ ਹੋ ਤਾਂ ਫਿਰ ਇਹ ਜਿਹੜਾ ਟਿੱਬਾ ਜਿਹੜਾ ਤੁਹਾਨੂੰ ਨਜ਼ਰ ਆਉਂਦਾ ਐਂਸ਼ੀਅੰਟ ਸ਼ਹਿਰ ਦਾ। ਠੀਕ ਹੈ ਜੀ, ਫਿਰ ਹਾਜ਼ਰ ਹੁੰਦੇ ਹਾਂ, ਬਾਕੀ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ। ਜਿੱਥੇ ਜਿੱਥੇ ਸਾਨੂੰ ਲਾਈਵ ਕਵਰੇਜ ਮਿਲੇਗੀ ਅਸੀਂ ਲਾਈਵ ਕਰਾਂਗੇ, ਔਰ ਜਿੱਥੇ ਸਾਨੂੰ ਕਵਰੇਜ ਮਿਲੇਗੀ ਆਪਣੀ ਇਸ ਚੀਜ਼ ਦੀ ਕਿ ਅਸੀਂ ਤੁਹਾਨੂੰ ਕੋਸਟ ਕਰਕੇ